ਬਲਵਿੰਦਰ ਕੌਰ ਲੇਡੀ ਹੈ, ਇਹਦਾ ਘਰ ਵਾਲਾ ਜਿਹੜਾ ਹਰਗੋਪਾਲ ਸਿੰਘ, ਇਹ ਆਟੋ ਚਲਾਉਂਦਾ ਸੀਗਾ, ਆਟੋ ਚਲਾਉਂਦਾ ਸੀ ਅਤੇ ਆਟੋ ਦਾ ਇਹਨੇ ਕੈਂਟ ਦੇ ਵਿੱਚੋਂ ਇਹਨੇ ਸਵਾਰੀਆਂ ਲਈਆਂ ਅਤੇ ਬਾਬਾ ਆਪਣੇ ਬਾਈਪਾਸ ਦੇ ਉੱਤੇ ਇਹਦਾ ਅੱਗੇ ਕੁੱਤਾ ਆਣ ਕਰਕੇ ਇਹਦਾ ਐਕਸੀਡੈਂਟ ਹੋ ਗਿਆ ਅਤੇ ਆਟੋ ਉਲਟ ਗਿਆ। ਇਹ ਇਲਾਜ ਲਈ ਜਿਹੜਾ ਇਹ ਸੁਰਿੰਦਰ ਹਸਪਤਾਲ ਦਾ ਛੇਹਰਟਾ ਦਾਖਲ ਸੀਗਾ ਅਤੇ ਇਹਦੀ ਘਰ ਦੀ ਜਿਹੜੀ ਹੈ ਬਲਵਿੰਦਰ ਕੌਰ ਇਹਦੀ ਦੇਖਭਾਲ ਵਾਸਤੇ ਉੱਥੇ ਸੀਗੀ ਅਤੇ ਇਹਨੇ ਬੇਟੇ ਨੂੰ ਉਹ ਬਾਥਰੂਮ ਚਲੇ ਗਏ ਅਤੇ ਉਸ ਬਾਅਦ ਦੇ ਵਿੱਚੋਂ ਇੱਕ ਸੋਨੂ ਨਾਂ ਦਾ ਲੜਕਾ ਇੱਕ ਬਾਥਗੜ੍ਹ ਦੇ ਵਿੱਚ ਇੱਥੇ ਰਹਿੰਦਾ, ਉਹ ਇਹਨੂੰ ਟੀਕਾ ਲਾ ਰਿਹਾ। ਜਦੋਂ ਵਾਪਸ ਇੱਧਰ ਵੇਖਿਆ ਵੀ ਇਹਨੂੰ ਟੀਕਾ ਲਾ ਰਿਹਾ ਸੀਗਾ, ਉਹਨੇ ਇਹਨੂੰ ਪੁੱਛਿਆ ਵੀ ਕੀ ਕਰ ਰਿਹਾ, ਉਹਨੂੰ ਕਿਹਾ ਟੀਕਾ ਲਾ ਰਿਹਾ। ਅਤੇ ਜਦੋਂ ਬਾਅਦ 'ਚ ਪਤਾ ਲੱਗਾ ਵੀ ਉਹਨੂੰ ਕਹਿੰਦੇ ਵੀ ਨਸ਼ੇ ਦਾ ਟੀਕਾ ਲਾ ਰਿਹਾ, ਅਤੇ ਇਸ ਕਰਕੇ ਫਿਰ ਉਹਨੇ ਕਿਹਾ ਵੀ ਉਹਨੂੰ ਰੋਕਿਆ, ਮਜ਼ਾਮਤ ਕਰਨਾ ਵੀ ਉਹਦੇ ਰਿਸ਼ਤੇਦਾਰ ਆਏ ਸੀ, ਉਹ ਵੀ ਉਹਨੂੰ ਮਤਲਬ ਬੁਰਾ ਭਲਾ ਕਹਿਣ ਲੱਗ ਪਏ। ਅਤੇ ਉਹਨੇ ਫਿਰ ਆਪਣੇ ਫੋਨ ਕਰਕੇ ਆਪਣੇ ਘਰੋਂ ਆਪਣੀ ਮਦਰ ਨੂੰ ਅਤੇ ਆਪਣੇ ਭਰਾ ਮਲਕੀਰ ਨੂੰ ਅਤੇ 10-15 ਬੰਦੇ ਹੋਰ ਬੁਲਾ ਲਏ। ਉਸ ਤੋਂ ਬਾਅਦ ਫਿਰ ਉੱਥੇ ਉਹਨਾਂ ਦਾ ਬੁਲਾ ਕੇ ਅਤੇ ਫਿਰ ਇਹਨਾਂ ਨੇ ਆਣ ਕੇ ਅਤੇ ਇਹਦੀ ਮਾਤਾ ਨੇ ਜਿਹੜੇ ਸੋਨੂੰ ਦੀ ਮਾਤਾ ਨੇ ਉਹਦੇ ਬਲਵਿੰਦਰ ਕੌਰ ਜਿਹੜੀ ਇਹਦੀ ਘਰ ਦੀ ਆ ਉਹਦੇ ਵਾਲਾਂ ਤੋਂ ਫੜ ਕੇ ਅਤੇ ਉਹਨੂੰ ਯਾਨੀ ਕਿ ਥੱਲੇ ਠੁੱਡੇ ਠਾਡੇ ਸੁੱਟਦੇ ਸੁੱਟਦੇ ਠੁੱਡੇ ਠਾਡੇ ਮਾਰੇ ਆ। ਅਤੇ ਬਾਅਦ 'ਚੋਂ ਇਹਦੇ ਮਲਕੀਰ ਸਿੰਘ ਨੇ ਵੀ ਜਿਹੜਾ ਉਹਨੂੰ ਕੁੱਟਮਾਰ ਉਹਦੀ ਕੀਤੀ ਹੈ। ਸਰ CCTV ਫੋਟੋ ਮਿਲੀ ਕੋਈ? CCTV ਫੋਟੋ ਦੇ ਵਿੱਚ ਹੈਗਾ ਤਾਂ ਹੈ, ਲੇਕਿਨ ਇੰਨੇ ਕਲੀਅਰ ਨਹੀਂ ਹੈਗਾ। ਬਾਕੀ ਉੱਥੋਂ ਦੇ ਸਾਰੇ ਜਿਹੜੇ ਆ ਵਹੀ ਦੇਣ ਨੂੰ ਤਿਆਰ ਆ। ਸਰ ਕਿਹੜੀ ਕਿਹੜੀ ਧਾਰਾ ਲੱਗ ਚੁੱਕੀ ਜੀ? ਧਾਰਾ 354, 323, 354 ਬੀ ਅਤੇ 506 ਅਤੇ 34 ABC ਤਹਿਤ ਮੁਕੱਦਮਾ ਦਰਜ ਕਰਕੇ ਅਤੇ ASI ਰੂਪਲਾਲ ਜਿਹੜੇ ਟਾਊਨ ਇੰਚਾਰਜ ਨੇ ਉਹ ਤਫਤੀਸ਼ ਲੈ ਰਹੇ ਦੋਸ਼ੀਆਂ ਦੇ ਘਰ, ਜਿਹੜੇ ਰੇਡ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਜ਼ਿਲ੍ਹੇ ਭੇਜਿਆ ਜਾਵੇ। ਠੀਕ।